ਸਰਕਾਰ ਕਰਨਗੇ ਵੀ ਸਾਡੀ ਮੁਖਾਲਫਤ ਦੇ ਨਤੀਜੇ ਕੀ ਹੋਇਆ ਫਿਰ ਇਹੋ ਜਿਹਾ ਬੁਲੰਦ ਮਰਤਬਾ ਰਜਾਲ ਹੈ ਜਿਹੜੇ ਸਾਲਹੀਨ ਆ ਮਰਦਾਨੇ ਕਾਰ ਇਹਨਾਂ 'ਚੋਂ ਇੱਕ ਅਜ਼ੀਮ ਉਹ ਮਰਦ ਹੈ ਜਿਹਦੀ ਯਾਦ ਉਮਰ 1400 ਸਾਲ ਤੋਂ ਮਰਾ ਰਹੀ ਮੈਂ ਤਦ ਚੁਣਿਆ ਵੀ ਆਹ ਰਾਸਤੇ ਜਿਹੜੇ ਖੜੇ ਹੋਣੇ ਉਹਨਾਂ 'ਚ ਹੁਸੈਨ ਨਹੀਂ ਕਰਾਓ ਰਜ਼ੀ ਅੱਲਾਹ ਤਾਲਾ ਨੂੰ ਉਹ ਮੁਬਾਰਕ ਦੇ ਰਿਹਾ ਉਹਨਾਂ ਕਿਤੇ ਨਾ ਮੇਰਾ ਸਾਥ ਦਿੱਤਾ ਤੁਸੀਂ ਠੀਕ ਆ ਕਿ ਲੋਕਾਂ ਦੀ ਰਜਾਤ ਉਸ ਵੇਲੇ ਜਿਹੜੇ ਚੰਦ 'ਤੇ ਬੰਦੇ ਆ ਦੋਸਤਾਂ ਨੇ ਉਹ ਬਜਦਾਂ ਹਾਂ ਮਦਦ ਨਾਲ ਉਹਨੇ ਹੀ ਸੀ ਜਿੰਨੇ ਯਜ਼ਦਾਂ ਦੇ ਹਿੰਸੇ ਅਦਤ ਯਜ਼ਦਾਂ ਫਾਰਸੀ ਜ਼ਬਾਨ ਅੱਲਾਹ ਨੂੰ ਆਉਂਦੇ ਗਿਣਤੀ ਉਹਦੀ ਕੱਢੀਏ ਅਬਦੁੱਦੇ ਸਾਹਿਬ 72 ਦੋਸਤਾਂ ਨੇ ਉਹ ਬਜਦਾਂ ਹਾਂ ਮਦਦ ਨਾਲ ਉਹਨੇ ਹੀ ਸੀ ਜਿੰਨੇ ਯਜ਼ਦਾਂ ਦੇ ਅਦਤ 72 ਹੀ ਕੁਲ ਦੁਸ਼ਮਣਾਂ 'ਚੋਂ ਰਹਿ ਗਏ ਸਹਾਰਾ ਲਾ ਤੁਹਾਨੂੰ ਅਤੇ ਜ਼ਾਲਮ ਇੰਨੇ ਸੀ ਜਿੰਨੇ ਰੇਤ ਦੇ ਦਾਣੇ ਗਿਣੇ ਨਹੀਂ ਸੀ ਜਾਂਦੇ ਮੇਰ ਨਤੀਜਾ ਕੀ ਹੋਣਾ ਫਿਰ ਮੈਦਾਨ ਆ ਹਸ਼ਰ ਦੇ ਅੰਦਰ ਆਰਾਫ ਦੀ ਬੁਲੰਦੀਆਂ 'ਤੇ ਹੁਸੈਨ ਖੜਾ ਹੋਣਾ ਰਜ਼ੀ ਅੱਲਾਹ ਤਾਲਾ ਔਰ ਉਹਦੇ ਨਾਲ ਜਿਹੜੇ ਸਾਥੀ ਖੜੇ ਹੋਣੇ ਮੁਬਾਰਕ ਦੇ ਰਿਹਾ ਹੋਣਾ ਕਿ ਸਲਾਮ ਹੋਵੇ ਸ਼ਾਹਬਾਜ਼ ਸਲਾਮ ਹੈ ਤੁਹਾਡੇ 'ਤੇ ਉਸ ਫਲ ਜੰਨਤ ਜਾਓ ਜੰਨਤ ਦਾਖਲ ਹੋ ਜਾਓ ਤੁਹਾਨੂੰ ਕੋਈ ਡਰ ਗਾ ਨਹੀਂ ਉਹਨਾਂ ਨੂੰ ਕਹਿ ਰਿਹਾ ਹੋਣਾ ਕਿੱਥੇ ਤੁਹਾਡੇ ਹੁਣ ਜੱਥੇ ਉਹ ਹਕੂਮਤ ਔਰ ਇਕਤਦਾਰ 'ਤੇ ਤੁਹਾਡੇ ਗਵਰਨਰ ਕੋਈ ਫਾਇਦਾ ਹੋਇਆ ਇਸ ਪਾਰੋਂ ਸੈਦ ਅਬੂ ਬਕਰ ਗਜ਼ਨਵੀ ਅੱਲਾਹ ਰਹਿਮਤ ਫਰਮਾਇਆ ਮਾਰ ਵਗਦੀ ਜਾਂਦੀ ਕਈ ਵਿਗੜੇ ਮਗਰ ਨੇਕ ਬੰਦੇ ਲੈ ਗਏ ਖੁਤਬਾ ਦਿੱਤਾ ਪੂਰਾ ਅਤੇ ਛਪਿਆ ਕਰਬਲਾ 'ਤੇ ਔਰ ਆਖਿਰ 'ਤੇ ਜਾ ਕੇ ਜਿਹੜਾ ਸ਼ੇਰ ਲਿਖਿਆ ਨਚੋੜ ਕਰ ਦਿੱਤਾ ਉਹ ਇਹੋ ਹੀ ਹੈ ਮਰਦ ਵਾਲੀ ਗੱਲ ਸ਼ੁਦੈਮ ਖਾਕ ਵਲੇਕਨ ਤਵਾਂ ਸ਼ਨਾਖਤ ਦੇ ਬੂਏ ਖਾ ਕੇ ਮਾ ਆਉਂਦੇ ਅਸੀਂ ਮਿੱਟੀ ਹੋ ਗਏ ਮਗਰ ਸਾਡੀ ਕਬਰ ਦੀ ਮਿੱਟੀ ਵੀ ਕੋਈ ਸੁੰਘੂਗਾ ਨਾ ਸ਼ੁਦੈਮ ਖਾਕ ਲੇਕਿਨ ਖਾ ਕੇ ਤੁਰਬਤ ਮਾ ਤਵਾਂ ਸ਼ਨਾਖਤ ਕਦੀ ਖਾਕ ਮਰਦ ਵੀ ਹੈ ਉਸ ਮਿੱਟੀ ਨੂੰ ਸੁੰਘਿਆਂਗੀ ਆਵਾਜ਼ ਆਊਗੀ ਵੀ ਇੱਥੋਂ ਨਾ ਮਰਦ ਨਹੀਂ ਉੱਠਣਾ ਇੱਥੋਂ ਕੋਈ ਮਰਦ ਉੱਠੂਗਾ ਤਦ ਰਜਾਲ ਅੱਲਾਹ ਨੇ ਕੁਰਾਨ 'ਚ ਕਿਹਾ ਮਰਦ ਔਰ ਸਲਾਹੀ ਸਾਹਿਬ ਨੇ ਠੀਕ ਕਿਹਾ ਬਈ ਜੇ ਭਾਈ ਇਹ ਹੁੰਦੀ ਗੱਲ ਵੀ ਜਿਹਨਾਂ ਦੀ ਨੇਕੀ ਬਦੀ ਬਰਾਦਰ ਅਤੇ ਉਹ ਸਿਰਫ ਮਰਦ ਹੀ ਹੋਣੇ ਔਰਤਾਂ ਨਹੀਂ ਐਸੀਆਂ ਨਿਕਲ ਸਕਦੀਆਂ ਜਿਹਨਾਂ ਦੀ ਨੇਕੀ ਬਈ ਕਿਉਂ ਨਹੀਂ ਔਰਤਾਂ ਦਾ ਜ਼ਿਕਰ ਕੀਤਾ ਇਹ ਗੱਲ ਕੋਈ ਨਹੀਂ ਐਵੇਂ ਲੋਕੋ ਤੁਸੀਂ ਬਣਾ ਲਈ ਹੈ ਵੀ ਉੱਥੇ ਉਹ ਹੋਣੇ ਫਸੇ ਇਹ ਫਸਿਆਂ ਦੀ ਗੱਲ ਨਹੀਂ ਹੈ ਅਤੇ ਮਨਾਰਿਆਂ 'ਤੇ ਉਹ ਖੜੇ ਹੋਣੇ ਆ ਜਿਹਨਾਂ ਨੇ ਦੀਨ ਦੇ ਝੰਡੇ ਚੁੱਕੇ ਸੀ ਉਹ ਮੁਜੱਦਦ ਖੜੇ ਹੋਣੇ ਆ ਇਮਾਮ ਖੜੇ ਹੋਣੇ ਆ ਸਵਾਲਹੀਨ ਔਰ ਸੁਹਾਦਾ ਹੋਣੇ ਔਰ ਨਾਲ ਉਹਦੇ ਨਬੀ ਹੋਣੇ ਉਹ ਮੰਨਣ ਵਾਲਿਆਂ ਨੂੰ ਮੁਬਾਰਕ ਦੇ ਰਿਹਾ ਹੋਣਾ ਔਰ ਦੂਸਰਿਆਂ ਨੂੰ ਫਟਕਾਰ ਭੇਜ ਰਿਹਾ ਹੋਣਾ ਵੀ ਸਾਡੀ ਮੁਖਾਲਫਤ ਕਰਕੇ ਖੱਟਿਆ ਕੀ ਹੈ ਤੂੰ ਇਸ ਤੋਂ ਇਹੋ ਜਿਹਾ ਲੋਕਾਂ 'ਚ ਫਰਮਾਇਆ ਸ਼ੁਦੈਮ ਖਾਕ ਠੀਕ ਹੈ ਮੌਤ ਹਰ ਇੱਕ ਨੂੰ ਆਉਣੀ ਸਾਨੂੰ ਵੀ ਆਈ ਕਬਰ ਬਣ ਗਈ ਮਗਰ ਸ਼ੁਦੈਮ ਖਾਕ ਵਲੇਕਿਨ ਦੇ ਬੂਏ ਤੁਰਬਤੇ ਮਾ ਅਬੂ ਬਕਰ ਕਦੇ ਨਹੀਂ ਆਉਂਦੇ ਹੁਸੈਨ ਦੀ ਕਬਰ ਨੂੰ ਜਾ ਕੇ ਜਿਹੜਾ ਵਹਿੰਦਾ ਉਹਨੂੰ ਪਤਾ ਲੱਗਦਾ ਤਮਾਮ ਉਹ ਸਮਝ ਸਕਦਾ ਇਸ ਮਿੱਟੀ 'ਚੋਂ ਮਰਦ ਨਿਕਲਣਾ ਨਾ ਮਰਦਾਂ ਦੀਆਂ ਸਾਡੀਆਂ ਕਬਰਾਂ 'ਤੇ ਬਹੁਤ ਕੌਣ ਜਾਣਦਾ ਵੀ ਕਿੱਧਰ ਗਏ ਹੋ ਕੀੜੇ ਮਕੌੜੇ ਦੀ ਤਰ੍ਹਾਂ ਬਸ ਹੋ ਗਿਆ ਕਿਸੇ ਨਾਂ ਨਹੀਂ ਰਿਹਾ ਇਹ ਭਾਈ ਹਕੂਮਤਾਂ ਜ਼ੋਰ ਲਾਏ ਮੁਲਾਵਾਂ ਲਾਏ ਹੁਣ ਵੀ ਕਿਤਾਬਾਂ ਦੇ ਢੇਰ ਤੁਹਾਨੂੰ ਪਤਾ ਵੀ ਨਹੀਂ ਲੋਕਤੰਤਰ ਦੇ ਮੈਨੂੰ ਖਬਰ ਮੈਂ ਜਾਣਨਾ ਕਿਵੇਂ ਬਾਰਿਸ਼ ਦੀ ਤਰ੍ਹਾਂ ਕਿਤਾਬਾਂ ਦੇ ਰਾਤ ਹਰਾਮੀ ਲਿਖ ਰਿਹਾ ਕਿ ਹੁਸੈਨ ਬਾਗੀ ਹੈ ਝੂਠਾ ਸਜਣਾ ਜਲੀਲ ਹੈ ਇਹਨਾਂ ਜ਼ਾਲਮਾਂ ਦਾ ਮੁਕਾਬਲਾ ਨਾ ਕਰਿਆ ਤਾਂ ਮੈਂ ਕਿਹਾ ਮਦਨ ਜ਼ਾਲਮਾਂ 'ਚ ਹੀ ਖੜੇ ਹੋਣਾ ਇਸ ਤੋਂ ਮੇਰੀ ਜ਼ਬਾਨ ਨਹੀਂ ਕੋਈ ਇਸ ਬਾਰੇ ਬੰਦ ਕਰ ਸਕਦਾ ਕਿ ਹੁਸੈਨ ਦਾ ਦਿਫਾ ਨਹੀਂ ਕਰਨਾ ਇੱਕ ਹੀ ਮਰਦ ਹੋਇਆ ਉਹਦੀ ਮੁਖਾਲਫਤ ਦੀ ਤੁਸੀਂ ਮੁੱਲਾ ਨਹੀਂ ਔਰ ਲੋਕਾਂ ਨੂੰ ਢੌਂਗ ਰਚਾਇਆ ਅਤੇ ਆਉਂਦੇ ਜੇ ਪੋਲੀਟੀਕਲ ਬਲੰਡਰ ਇੱਕ ਸਿਆਸੀ ਗਲਤੀ ਔਰ ਬੇਵਕੂਫੀ ਜ਼ਾਲਮ ਦਿਓ ਪੁੱਤਰੋ ਤੁਹਾਡੇ ਜੈਸੇ ਤੋਂ ਉਸੇ ਅੰਦਰ ਹੀ ਵੜ ਗਏ ਜਿਹਦੇ ਨਤੀਜੇ 'ਚ ਦੁਨੀਆਂ ਮੁਸਰਤ ਹੋ ਗਈ ਆਮੜੀ ਔਰ ਅੱਜ ਤੱਕ ਉਹ ਮਰੂਕੀਅਤ ਆਉਂਦੀ ਹੈ ਤੁਸੀਂ ਰੋਂਦੇ ਜੇ ਵੀ ਸਾਡਾ ਹੁਕਮਰਾਨ ਇਹ ਕਰਦਾ ਇਹ ਹੁਕਮਰਾਨ ਫਲਿਆ ਉਸ ਦਰਖਤ ਦਾ ਜਿਹੜਾ ਬੀਜਿਆ ਸੀ ਉਸ ਵਿੱਚ ਖੜੇ ਹੋ ਜਾਂਦੇ ਹੁਸੈਨ ਦੇ ਨਾਲ ਤਾਂ ਰਸਤਾ ਨਾ ਰੁਕ ਜਾਂਦਾ ਉਸ ਵੇਲੇ ਨਜ਼ਰੀਆ ਜ਼ਰੂਰਤ ਤੁਹਾਡੇ ਪੇਟ 'ਚ ਪੈ ਗਿਆ ਵੀ ਨਹੀਂ ਮਜਬੂਰੀ ਆ ਚਲੋ ਜਿਹੜਾ ਬਹਿ ਗਿਆ ਬਹਿ ਗਿਆ ਬੇੜਾ ਗਰਕ ਕਰਕੇ ਬਹਿ ਗਿਆ ਇਸ ਤੋਂ ਜੇ ਇੱਕ ਮਰਦ ਨਿਕਲਿਆ ਔਰ ਉਸ ਮਰਦ ਨੇ ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਕੀਤਾ ਔਰ ਉਹ ਕੰਮ ਅਗਲੇ ਜੁਮੇ ਇਨਸ਼ਾਅੱਲਾ ਤੁਹਾਡੇ ਸਾਹਮਣੇ ਆ ਜੂ ਖੁਦ ਰਸੂਲਾ ਕਹਿ ਗਿਆ ਅਤੇ ਪੁੱਤਰ ਤੂੰ ਕੁਰਬਾਨੀ ਵੀ ਪੈਦਾ ਇਸ ਤੋਂ ਅਖਬਾਰ ਆਉਂਦਾ ਕਿ ਬਾਏ ਅੱਲਾ ਅੱਲਾ ਬਾਏ ਬਿਸਮਿਲ੍ਲਾ ਪਿਦਰ ਮਾਂ ਨਾ ਹੈ ਜ਼ਿਬਹ ਅਜ਼ੀਮ ਅਹਿਮਦ ਪਿਦਰ ਕੁਰਾਨ ਚਾਹੁੰਦਾ ਕਿ ਅਸੀਂ ਇਸਮਾਇਲ ਦੇ ਫਿਜੀਏ 'ਚ ਜ਼ਿਬ ਅਜ਼ੀਮ ਦਿੱਤੀ ਉਹ ਠੀਕ ਅਸੀਂ ਆਨੇ ਦੁੰਬਾ ਛਤਰਾ ਠੀਕ ਹੈ ਮਗਰ ਸਵਾਲ ਪੈਦਾ ਹੁੰਦਾ ਇਹਦਾ ਜਵਾਬ ਕੋਈ ਵੀ ਨਹੀਂ ਦਿੰਦਾ ਵੀ ਦੁੰਬਾ ਭਾਵੇਂ ਕਿੱਡਾ ਮੋਟਾ ਹੋਵੇ ਇਸਮਾਇਲ ਅੱਲਾ ਸਲਾਮ ਦੀ ਬਰਾਬਰੀ ਕਰ ਸਕਦਾ ਕੀ ਉਹਨੇ ਫਿਜੀਆ ਬਣਨਾ ਗੋਸ਼ਤ ਤੋਲਣਾ ਤਦ ਇਮਾਮ ਜਾਫਰ ਸਾਦਿਕ ਦੂਸਰਿਆਂ ਨੇ ਫਰਮਾਇਆ ਯਾਰ ਇਹ ਗੱਲ ਹੀ ਨਹੀਂ ਠੀਕ ਆ ਦੁੰਬੇ ਦੁੰਬਾ ਹੋਇਆ ਵੱਖਰੀ ਗੱਲ ਹੈ ਬਿਜ਼ੇ ਬਿਨ ਜ਼ੀਨ 'ਚ ਹੁਸੈਨ ਤੋਂ ਦੇ ਸਾਥੀ ਹੈ ਅਤੇ ਬਾਤ ਉਮਰਾਦ ਸਬਬ ਹੈ ਕਿ ਕਿਉਂ ਫਿਜੀਆ ਦਿੱਤਾ ਗਿਆ ਇਸਮਾਇਲ ਦੀ ਜਾਨ ਕਿਉਂ ਬਚਾਈ ਕਿ ਇਹਦੀ ਨਸਲ ਤੋਂ ਯਾਰ ਸ਼ਹੀਦ ਜੰਮਣੇ ਆ ਜਿਹਨਾਂ ਨੇ ਮੈਦਾਨ ਜਾ ਕੇ ਦੀਨ ਦਾ ਕੰਮ ਕਰ ਇਨਕੇ ਸਬਬ ਸੇ ਉਸਕਾ ਫਿਜੀਆ ਦਿੱਤਾ ਗਿਆ ਬਿਜ਼ੇ ਬਿਨ ਅਜ਼ੀਮ ਕੇ ਸਬਬ ਸੇ ਜ਼ਿਬ ਅਜ਼ੀਮ ਹੋਣੇ ਸੀ ਅਖਬਾਰ ਆਉਂਦਾ ਅੱਲਾ ਅੱਲਾ ਬਾਏ ਬਿਸਮਿਲ੍ਲਾ ਪਿਲਾ ਬਾਪ ਕਿਹੋ ਜਿਹਾ ਨਸੀਬ ਹੋਇਆ ਜਿਹਨੂੰ ਔਲੀਆ ਉਮਦ ਨੇ ਕਿਹਾ ਕਿ ਕੁਰਾਨ ਜਿਹੜਾ ਨਾ ਬਿਸਮਿਲ੍ਲਾ ਤੋਂ ਸ਼ੁਰੂ ਹੁੰਦਾ ਅਤੇ ਬਿਸਮਿਲ੍ਲਾ ਬੇ ਤੋਂ ਸ਼ੁਰੂ ਹੁੰਦੀ ਹੈ ਅਤੇ ਬਿਸਮਿਲ੍ਲਾ ਦੀ ਬੇ ਜਿਹੜੀ ਨਾ ਮੁੱਢ ਉਹ ਅਲੀ ਹੈ ਜਿਹਨੇ ਅਲੀ ਨਹੀਂ ਸਮਝਿਆ ਉਹਨੂੰ ਨਾ ਕੁਰਾਨ ਲੱਭਾ ਨਾ ਬਿਸਮਿਲ੍ਲਾ ਨਹੀਂ ਕੁਛ ਵੀ ਅੱਲਾ ਅੱਲਾ
ਬਾਏ ਬਿਸਮਿਲਾ ਪਿਤਾ ਬਿਸਮਿਲਾ ਦੀ ਬੇਅਲੀ ਪਹਿਲਾਂ ਇਹਨੂੰ ਪਹਿਚਾਣੋ ਤਾਂ ਦੀਨ ਦਾ ਪਤਾ ਲੱਗੂਗਾ। ਮਾਂ ਨਾ ਇਹ ਜ਼ਿਬ ਨਜ਼ੀਮ ਅਹਿਮਦ ਪਿਤਾ ਬਾਪੋ ਅਤੇ ਪੁੱਤਰ ਜ਼ਿਬ ਅਜ਼ੀਮ ਦਾ ਸਹੀ ਮਕੂਮ ਹੈ ਕਿ ਰੱਬ ਨੇ ਜਿਹੜੀ ਵੱਡੀ ਕੁਰਬਾਨੀ ਰੱਖੀ ਸੀ ਨਾ, ਔਰ ਵੇਖੋ ਹਾਲ ਵੀ ਕੈਸਾ ਕਿ ਕਾਬੇ ਦੀ ਇੱਟ ਰੱਖ ਲਿਆ ਇਬਰਾਹਿਮ ਖਲੀਲ ਅਲੈਹਿਸ ਸਲਾਮ ਅਤੇ ਕੁਰਬਾਨੀ ਦੇ ਰਿਹਾ ਬੇਟੇ ਦੀ ਛੁਰੀ, ਮਗਰ ਅੱਲਾਹ ਨੇ ਮਾਫ਼ ਕਰ। ਜਦੋਂ ਵਕਤ ਅਖੀਰ 'ਤੇ ਆਇਆ ਵੀ ਦੀਨ ਮੁਕੰਮਲ ਹੋ ਜਾਏ, ਖਾਤਮੁਨ ਬਯੀਨ ਦੀ ਵਾਰੀ ਆਈ, ਅੱਲਾਹ ਨੇ ਅਗਰ ਤੇਰੇ ਬੱਚੇ ਨਹੀਂ ਜੀਂਦੇ ਰਹਿਣ ਦੇਣੇ, ਝਗੜਾ ਪੈ ਜਾਊਗਾ, ਬੇਬੀ ਸ਼ਾਇਦ ਨਬੀ ਹੈ, ਇਸ ਤੋਂ ਇਹ ਨਹੀਂ ਹੋਣਗੇ ਤੇਰੇ ਪੁੱਤ ਦੋਧੇ ਜਿਹੜੇ ਪੁੱਤਾਂ ਦੇ ਥਾਂ ਹੋਣ। ਅੱਲਾਹ ਦਾ ਰਸੂਲ ਹਮੇਸ਼ਾ ਕਹਿੰਦਾ ਰਿਹਾ ਕਿ ਮੇਰੇ ਦੋ ਬੇਟੇ, ਹਸਨ ਹੁਸੈਨ ਨੂੰ ਹਮੇਸ਼ਾ ਬੇਟਾ ਕਿਹਾ ਅਤੇ ਦੋਵਾਂ ਨੂੰ ਅੱਲਾਹ ਨੇ ਆਖ ਦਿੱਤਾ ਭਾਈ ਜੀ ਸ਼ਹਾਦਤ ਦਾ ਕੰਮ ਤੁਸੀਂ ਕਰੋ, ਨਾਨਾ ਸ਼ਹੀਦ ਕਰਾ ਦਿਆਂ ਤਾਂ ਇਹ ਗੱਲ ਆਉਣੀ ਆ ਅਤੇ ਆਖਰੀ ਮੈਚ 'ਚ ਵੀ ਨਬੀ ਹਾਰ ਗਿਆ, ਅੱਗੇ ਤਾਂ ਕਤਲ ਹੁੰਦੇ ਆਏ ਜੋ ਆਖਰੀ ਗੱਲ, ਉਹ ਆਖਰੀ ਹੁਣ ਮੁਕਾਬਲਾ ਕੁਫਰਦਾਰ ਇਸਲਾਮ ਦਾ, ਇਹ ਆਖਰੀ ਨਬੀ ਵੀ ਮਾਰਿਆ ਜਾਏ ਤਾਂ ਲੋਕ ਕਹਿਣਗੇ ਯਾਰ ਆਖਰੀ ਹਾਰ ਅੱਲਾਹ ਫਿਰ ਵੀ ਹਾਰ ਗਿਆ, ਇਹ ਨਬੀ ਨਹੀਂ ਮਰਦਾ। ਮਗਰ ਇਹ ਸ਼ਹਾਦਤ ਜਿਹੜੀ ਹੈ ਇਹ ਦੂਸਰੇ ਰੰਗ ਤੂੜੀ ਹੋਣੀ ਹੈ ਵੀ ਜਿਹੜੇ ਰਸੂਲਾਂ ਦੇ ਦਿਲ ਦੇ ਟੁਕੜੇ, ਔਰ ਸਹੀ ਬੁਖਾਰੀ ਚਿਰਮਦੀ ਜਿਹੜੀ ਵੇਖ ਲਓ, ਸਿਰ ਤੋਂ ਪੈਰਾਂ ਤੱਕ ਹੁਸੈਨ ਔਰ ਹਸਨ ਜਿਹੜੇ ਸੀ ਰਸੂਲਾਂ ਸੀ, ਬਿਲਕੁਲ ਇੱਕ ਰਾਈ ਵੀ ਫਰਕ ਨਹੀਂ ਸੀ, ਹੋ ਬਹੁ ਨਮੂਨਾ ਸਬਜ਼ੁਰ ਪਾ ਸੀ। ਰਸੂਲਾਂ ਨੂੰ ਲੁਕਾ ਦਿਓ, ਹਸਨ ਨੂੰ ਕਰ ਦਿਓ ਅੱਗੇ, ਹੁਸੈਨ ਨੂੰ ਮੁਸ਼ਾਬੇ, ਜਿਹੜੇ ਲੋਕ ਗਿਣੇ ਗਏ ਨਾ ਵੀ ਇਹ ਸਿਰ ਤੋਂ ਪੈਰਾਂ ਤੱਕ ਹਜ਼ੂਰ ਵਰਗੇ ਉਸ। ਇਸ ਤੋਂ ਉਹਨਾਂ ਨੇ ਆਖਿਆ ਰਸੂਲ ਨੇ ਨਹੀਂ ਮਰਨਾ, ਰਸੂਲ ਦੀ ਮੌਤ ਜਿਹੜੀ ਦੀਨ ਨੂੰ ਬਦਨਾਮ ਕਰ ਦੂਗੀ, ਅਤੇ ਆਖਰੀ ਰਸੂਲ ਵੀ ਹਾਰ ਗਿਆ। ਮਗਰ ਸ਼ਹਾਦਤ ਹੋਣੀ ਜ਼ਰੂਰ, ਇਹ ਸ਼ਹਾਦਤ ਬੇਟੇ ਦੇਣਗੇ, ਅੱਲਾਹ ਦੇ ਰਸੂਲ ਨੇ ਉਹਦੀ ਪੇਸ਼ਗੋਈਆਂ ਕਰਤੀਆਂ, ਸਿਰੋ ਸ਼ਹਾਦਤ ਐਨ ਸ਼ਾਹ ਅਬਦੁਲ ਅਜ਼ੀਜ਼ ਰਹਿਮਤੁਲਾਹ ਅਲੈਹ ਜੀ ਪੜ੍ਹੋ, ਇੱਕ ਦੀ ਚੋਰੀ ਹੋਣੀ ਸੀ, ਖਲਕ ਨੂੰ ਪਤਾ ਨਹੀਂ ਸੀ ਲੱਗਣਾ, ਖਾਣੇ ਜ਼ਹਿਰ ਦੇਣਾ ਸੀ, ਉਹ ਗੱਲ ਵੀ ਨਹੀਂ ਰੌਲੇ ਰਹੀ, ਛੁਪੀ ਰਹਿ ਗਈ। ਇੱਕ ਅਦਾਨੀਆਂ ਆਉਣੀ ਸੀ, ਉਹ ਹਜ਼ੂਰ ਨੇ ਬੇਸ਼ੁਮਾਰ ਲੋਕਾਂ ਨੂੰ ਦੱਸਤੀ, ਅਲੀ ਨੂੰ ਦੱਸਤਾ, ਫਾਤਮਾ ਨੂੰ ਦੱਸਤਾ, ਉਹਨੇ ਸਲਮਨ ਨੂੰ ਦੁਆਈ ਦਿੱਤੀ, ਅਤੇ ਹੁਸੈਨ ਵੀ ਇਸ ਤਰ੍ਹਾਂ ਨਹੀਂ ਹੋਣੀ, ਗੁੰਮਨਾਮ ਹੋ ਤਾਂ ਭਾਈ ਦੁਨੀਆਂ 'ਚ ਆਵਾਜ਼ਾਂ ਖੜਕ ਜਾਣੀਆਂ, ਸਾਰੀ ਦੁਨੀਆ ਚਰਚਾ ਹੋ ਜਾਣਾ, ਬਿਰਲਾ ਦਾ ਬੰਦਾ ਨਿਕਲਿਆ ਤਾਂ ਮੈਲਾਨ ਤਾਂ ਹੋਇਆ ਹੈ। ਇਸ ਪਾਰੋਂ ਤੁਸੀਂ ਸੁਣ ਕੇ ਹੈਰਾਨ ਤਾਂ ਹੋਏ ਹੋਣੇ, ਮੈਂ ਆਰਾਫ ਕੀ ਸ਼ੁਰੂ ਕੀਤਾ, ਆਰਾਫ ਵੀ ਤਾਂ ਮਕਾਨ ਹੈ ਜਿੱਥੇ ਇਹਨਾਂ ਨੇਕ ਲੋਕਾਂ ਦੀ ਸ਼ਾਨ ਦਾ ਪਤਾ ਲੱਗਣਾ, ਉਹਨਾਂ ਸਟੇਜਾਂ 'ਤੇ ਖੜੇ ਹੋਣਗੇ, ਮੁਜੱਦਦ ਆਲਮ ਔਰ ਨੇਕ ਲੋਕ, ਤਹਿਰੀਕਾਂ ਦੇ ਕਾਇਦ, ਬਿਨਾਂ ਦੀਨ ਇਸਲਾਮ ਲਈ ਮਿਹਨਤਾਂ ਕੀਤੀਆਂ, ਅੱਲਾਹ ਉੱਥੇ ਬਿਠਾਊਗਾ, ਔਰ ਦੁਨੀਆ ਸਾਰੀ ਦੇਖੂਗੀ ਕਿ ਯਾਰ ਇਹ ਦੁਨੀਆ ਸਾਨੂੰ ਦੀਨ ਦਾ ਰਸਤਾ ਦੱਸਦੇ, ਕਿੰਨੀ ਇੱਜ਼ਤ ਪਾਈ ਹੈ, ਮੰਨਣ ਵਾਲਿਆਂ ਨੂੰ ਮੁਬਾਰਕ ਦੇਣਗੇ, ਦੂਜਿਆਂ ਨੂੰ